ਸਾਈਡ 'ਤੇ ਮੈਂ ਕਿ ਟ੍ਰੇਨ ਨੂੰ ਜੱਫੀ ਪਾਉਣੀ ਆ। ਕਹਿੰਦਾ ਸਾਈਡ 'ਤੇ ਹੋ ਜਾ, ਅੱਲਾ ਦੇ ਬੰਦੇ ਰੁਕਦੀਆਂ, ਇਸ ਲਈ ਛੋਟਾ ਸਟਾਪ ਹੈ ਅਤੇ ਇੱਥੇ ਟ੍ਰੇਨ ਵੀ ਛੋਟੀ ਰੁਕਦੀ ਹੈ। ਜਾ ਰਹੀ ਹੈ ਜੀ ਵਾਪਸੀ ਨੂੰ ਆਪਣੇ ਮੰਜ਼ਿਲ ਦੀ ਤਰਫ। ਓ ਯਾਰ ਚਲੋ ਖੈਰ ਕੋਈ ਮਸਲਾ ਨਹੀਂ, ਇੱਕ ਦੋ ਤਿੰਨ ਚਾਰ। ਅਸਲਾਮ ਵਾਲੇਕਮ ਦੋਸਤ ਭਾਈ, ਕੀ ਹਾਲ ਚਾਲ ਹੈ? ਤਾਂ ਵੈਸੇ ਠੀਕ ਠਾਕ, ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਅੱਛਾ ਯਾਰ, ਅੱਜ ਜਾਂਦਾ ਪਿਆ ਛੋਟਾ ਭਾਈ ਸਿੰਧ ਏਰੀਏ 'ਚ, ਨਵਾਬ ਸ਼ਾਹ 'ਚ, ਯਾਨੀ ਕਿ ਬਹੌਲਪੁਰੋਂ ਸਿੱਧਾ ਜਾ ਰਿਹਾ ਸਿੰਧ ਦੇ ਵਿੱਚ। ਆਵਾਜ਼ ਸ਼ੋਰ 'ਚ ਪਤਾ ਨਹੀਂ ਤੁਹਾਨੂੰ ਆਵਾਜ਼ ਕਲੀਅਰ ਸੁਣਾਈ ਦੇ ਰਹੀ ਹੋਗੀ ਜਾਂ ਨਹੀਂ ਸੁਣਾਈ ਦੇ ਰਹੀ ਹੋਗੀ, ਲੇਕਿਨ ਬਹਰਹਾਲ ਮੈਂ ਕਿਹਾ ਚਲੋ ਤੁਹਾਨੂੰ ਇੱਥੇ ਆਇਆ ਕਹਿੰਦਾ ਸਟੇਸ਼ਨ 'ਤੇ ਛੋਟੇ ਭਾਈ ਨੂੰ ਬਿਠਾਉਣ। ਇਹ ਛੋਟੇ ਭਾਈ ਰਵਾਨਾ ਹੁੰਦੇ ਪਏ ਨੇ ਨਵਾਬ ਸ਼ਾਹ, ਉੱਥੇ ਪਹੁੰਚ ਕੇ ਫਿਰ ਰਾਬਤਾ ਕਰਾਂਗੇ। ਮੈਂ ਨਹੀਂ, ਛੋਟਾ ਭਾਈ ਜਾ ਰਿਹਾ, ਤੁਸੀਂ ਮਜ਼ੀਦ ਦੁਆ ਕਰਿਓ। ਅੱਛਾ ਜੀ, ਬਹਾਵਲਪੁਰ ਦੇ ਜ਼ਿਲ੍ਹੇ ਦੇ ਵਿੱਚ ਛੋਟਾ ਜਿਹਾ ਸਟੇਸ਼ਨ ਹੈਗਾ, ਛੋਟਾ ਸਟੇਸ਼ਨ, ਵੱਡਾ ਸਟੇਸ਼ਨ ਮੁਬਾਰਕਪੁਰਾ ਤੁਹਾਡੇ ਸਾਹਮਣੇ ਆ। ਇਹ ਵੇਖ ਲਓ, ਛੋਟਾ ਸਟੇਸ਼ਨ ਹੈ ਬਹਾਵਲਪੁਰ ਜ਼ਿਲ੍ਹੇ ਦੇ ਵਿੱਚ। ਇਹ ਬਹਾਵਲਪੁਰ ਤੋਂ ਤਕਰੀਬਨ ਹੈ 45-50 ਕਿਲੋਮੀਟਰ ਦੂਰ ਹੈ, ਬਲਕਿ ਜ਼ਿਆਦਾ ਹੀ ਹੋ ਸਕਦਾ। ਇਹ ਜੀ ਮੈਂ ਸਲੋਮੋ ਬਣਾ ਕੇ ਦਿਖਾ ਦਿਓ ਤੁਹਾਨੂੰ, ਅਗਰ ਤੁਹਾਨੂੰ ਚੰਗਾ ਲੱਗ ਜਾਵੇ ਤਾਂ ਟਿਕਾ ਕੇ ਲਾਈਕ ਮਾਰਿਓ, ਤਾਂ ਕਿ ਸਾਨੂੰ ਪਤਾ ਚੱਲੇ ਸਾਡੇ ਵੀਵਰ ਸਾਡੀ ਵੀਡੀਓ ਪਸੰਦ ਕਰਦੇ ਨੇ। ਯਾਰ ਕਿਉਂ ਆਈ ਚੱਸ ਕੇ ਨਹੀਂ, ਕਮਾਲ ਕਰੇ ਦਾ ਭਾਈ, ਵਾਹ ਭਾਈ ਵਾਹ, ਬਹੂ ਹੀ ਸਲੋ ਥੀ ਗਏ। ਅੱਛਾ ਜੀ, ਟ੍ਰੇਨ ਆਉਣ ਨੂੰ ਹਲੀ ਤਕਰੀਬਨ ਦੇਰ ਸੀ, ਅਤੇ ਮੈਂ ਕਿਹਾ ਚਲੋ ਸਲੋਮੋ ਹੀ ਬਣਾ ਲਈਏ। ਸਲੋਮੋ ਦੇ ਨਾਲ ਨਾਲ ਫਿਰ ਮੈਂ ਕਿਹਾ ਅਗਲਾ ਸਟੈਪ ਤੁਹਾਨੂੰ ਬਾਅਦ 'ਚ ਬਣਾ ਕੇ ਦਿਖਾ ਦਿੰਦੇ ਹਾਂ। ਅੱਛਾ ਜੀ, ਜਨਾਬ ਨੇ ਬੈਲ ਮਾਰ ਦਿੱਤੀ ਆ ਸਟੇਸ਼ਨ ਵਾਲੇ ਨੇ, ਹੁਣ ਸਾਹਮਣੇ ਟ੍ਰੇਨ ਆ ਰਹੀ ਹੈ, ਉਹ ਤੁਹਾਨੂੰ ਲਾਈਟ ਵੀ ਨਜ਼ਰ ਆ ਰਹੀ ਹੈ, ਜ਼ੂਮਿੰਗ ਕਰਕੇ ਦਿਖਾ ਰਹੇ ਤੁਹਾਨੂੰ। ਟ੍ਰੇਨ ਆ ਰਹੀ ਹੈ ਸਪੀਡੋ ਸਪੀਡ, ਟ੍ਰੇਨ ਹਰ ਇੱਕ ਟ੍ਰੇਨ ਕਾਫੀ ਦੂਰ ਫਿਰਦੀ ਹੈ, ਤੁਹਾਨੂੰ ਸਿਰਫ ਜ਼ੂਮ ਕਰਕੇ ਦਿਖਾ ਰਹੇ ਹਾਂ। ਧਾੜਾਂ ਪਟੇਂਦੀਆਂ ਜੀ ਟ੍ਰੇਨ ਵੀ, ਟਲੇਨ ਹੁੰਦੀ ਜਾਂ ਟ੍ਰੇਨ ਹੁੰਦੀ ਹੈ, ਬਹਰਹਾਲ ਸਪੀਟਾਂ ਮਾਰੀ ਹੁੰਦੀ ਆ ਟ੍ਰੇਨ ਦੇ ਨਾਲ ਸਾਈਡ ਮਾਰਨੀਆਂ। ਮੈਨੂੰ ਮੁੰਡਾ ਆਉਂਦਾ ਸਾਈਡ 'ਤੇ ਥੀ ਵੰਜ, ਸਾਈਡ 'ਤੇ ਮੈਂ ਕਿ ਟ੍ਰੇਨ ਨੂੰ ਜੱਫੀ ਪਾਉਣੀ ਆ। ਕਹਿੰਦਾ ਸਾਈਡ 'ਤੇ ਹੋ ਜਾ, ਅੱਲਾ ਦੇ ਬੰਦਿਆਂ ਮੈਂ ਸਾਈਡ 'ਤੇ ਹੀ ਖੜ੍ਹਾਂ। ਉਹ ਖਿਆਲ ਕਰੀ, ਉਹ ਮੈਂ ਤਾਂ ਕਿਹਾ ਟ੍ਰੇਨ ਨੇ ਮਾਰੀ ਟੱਕਰ, ਪਰ ਮੈਂ ਸਾਈਡ 'ਤੇ ਖੜ੍ਹਾਂ ਹਾਂ ਮੀ, ਇਸ ਲਈ ਮੈਂ ਸਾਈਡ 'ਤੇ ਖੜ੍ਹਾ ਸੀਗਾ। ਸਾਡਾ ਡੱਬਾ ਹੈਗਾ ਅਗਲਾ, ਅਸੀਂ ਖੜ੍ਹੇ ਹਾਂ ਪਿੱਛੇ, ਜ਼ਹਿਰ ਸੀ ਗੱਲ ਆ ਪਿੱਛੇ ਸੀ। ਐਂ ਜੀ ਹੁਣ ਅੰਦਰ ਇੰਟਰ ਹੋ ਗਏ ਹਾਂ, ਸਮਾਨ ਸਮਾਨ ਰੱਖ ਦਿੱਤਾ, ਬਾਈ ਨੂੰ ਬਿਠਾ ਦਿੱਤਾ, ਵਾਪਸੀ ਆ ਗਏ ਬਾਹਰ। ਬਾਹਰ ਆਇਆ ਅਤੇ ਹੁਣ ਜਨਾਬ ਜਿਹੜਾ ਨਾ, ਹਰ ਆਵਾਮ ਆਪਣੀ ਮੰਜ਼ਿਲ 'ਤੇ ਜਾ ਰਹੀ ਆ, ਮੁਸਾਫਿਰ ਜਾ ਰਹੇ ਨੇ ਸਫ਼ਰ 'ਤੇ। ਅੱਲਾ ਖੈਰ ਇਸਲਾਮ ਦੀ ਤੁਹਾਨੂੰ ਪਹੁੰਚਾਵੇ ਜੀ, ਅਲਵਿਦਾ ਕਹਿ ਦਈਆ ਜੀ। ਇਹ ਵੇਖ ਲਓ ਆਮ, ਉਹ ਭੱਜੇ ਹੁੰਦੇ ਨੇ, ਕੀ ਹੋ ਗਿਆ ਤੁਹਾਨੂੰ? ਭਾਜਾ ਭਾਜਾ ਭਾਜਾ, ਟ੍ਰੇਨ ਗਈ ਟ੍ਰੇਨ ਗਈ, ਬਾਜ ਬਾਜ ਬਾਜ। ਅੱਛਾ ਜੀ, ਵਾਹ ਜੀ ਵਾਹ, ਇੱਕ ਭਾਈ ਹੋਰ ਆ ਵਲੌਗ ਬਣਾ ਰਹੇ ਨੇ। ਠੀਕ ਹੈ ਜੀ, ਠੀਕ ਹੈ, ਮੇਰੇ ਕੋਲ ਪੁੱਛ ਰਿਹਾ ਜੀ ਕੀ ਨਾਮ ਹੈ ਤੇਰੇ ਚੈਨਲ ਦਾ, ਮੈਂ ਦੱਸਿਆ ਫਿਰ ਉਹਨੂੰ, ਮੈਂ ਕਿਹਾ ਜੀ ਇਹ ਮੇਰੇ ਚੈਨਲ ਦਾ ਨਾਮ ਹੈ। ਬਾਕੀ ਮਜ਼ੀਦ ਮੁਸਾਫਿਰ ਆਪਣੀ ਮੰਜ਼ਿਲ 'ਤੇ ਰਵਾਂ ਦਵਾਂ ਨੇ। ਹੁਣ ਆਪਾਂ ਚੱਲੀਏ ਵਾਪਸੀ, ਸੀੜੀਆਂ ਚੜੀਏ, ਕੀ ਖਿਆਲ ਹੈ? ਸੀੜੀਆਂ ਉੱਤੇ ਜਾ ਰਹੇ ਹਾਂ, ਬਿਸਮਿਲ੍ਲਾ ਫੜ ਕੇ, ਬਿਸਮਿਲ੍ਲਾ ਰਹਿਮਾਨ ਰਹੀਮ, ਸਪੀਟੋ ਸਪੀਟ ਜਾ ਰਹੇ ਹਾਂ। ਉੱਤੋਂ ਦਾ ਵਿਊ ਚੈੱਕ ਕਰੋ, ਮਾਸ਼ਾਅੱਲਾ ਜੀ, ਇਹ ਟ੍ਰੇਨ ਵਾਪਸੀ ਜਾ ਰਹੀ ਹੈ, ਕਰਾਚੀ ਨੂੰ ਰਵਾਂ ਦਵਾਂ ਹੈ। ਐਕਸਪ੍ਰੈਸ ਟ੍ਰੇਨ ਇਹ ਹੈ, ਛੋਟੀ ਟ੍ਰੇਨ, ਇਹ ਹਰ ਸਟਾਪ 'ਤੇ ਰੁਕ ਜਾਂਦੀ ਹੈ, ਲੇਕਿਨ ਜਿਹੜੀਆਂ ਦੂਸਰੀਆਂ ਵੱਡੀਆਂ ਟ੍ਰੇਨਾਂ ਉਹ ਇੱਥੇ ਕੋਈ ਨਹੀਂ ਰੁਕਦੀਆਂ, ਇਸ ਲਈ ਛੋਟਾ ਸਟਾਪ ਹੈ ਅਤੇ ਇੱਥੇ ਟ੍ਰੇਨ ਵੀ ਛੋਟੀ ਰੁਕਦੀ ਹੈ। ਜਾ ਰਹੀ ਹੈ ਜੀ ਵਾਪਸੀ ਨੂੰ ਆਪਣੇ ਮੰਜ਼ਿਲ ਦੀ ਤਰਫ। ਓ ਯਾਰ ਲੇਟ ਹੋ ਗਿਆ, ਅਸਲ 'ਚ ਆਪਾਂ ਟ੍ਰੇਨ ਦੇ ਡੱਬੇ ਗਿਣਤੀ ਕਰਨੇ ਸੀਗੇ। ਚਲੋ ਖੈਰ ਕੋਈ ਮਸਲਾ ਨਹੀਂ, ਇੱਕ ਦੋ ਤਿੰਨ ਚਾਰ, ਚਾਰ ਡੱਬੇ ਬੈਕ ਸਾਈਡ 'ਤੇ ਨੇ। ਅਸਲ ਸਾਡਾ ਡੱਬਾ ਸੀਗਾ ਜਿਹੜਾ ਇੰਜਣ ਦੇ ਬੈਕ ਸਾਈਡ 'ਤੇ ਹੁੰਦਾ, ਉਹ ਡੱਬਾ ਸੀਗਾ ਸਾਡਾ। ਅਸੀਂ ਬਿਲਕੁਲ ਪਿੱਛੇ ਗਏ ਖੜੇ ਸੀਗੇ, ਪਿਛਲੇ ਸਟਾਰ ਪਿਛਲੇ ਯਾਨੀ ਕਿ ਆਖਰੀ ਡੱਬੇ 'ਤੇ, ਸਾਡਾ ਫਰੰਟ 'ਤੇ ਸੀ, ਅਸੀਂ ਬੈਕ ਗਏ ਖੜੇ ਸੀਗੇ। ਖੈਰ ਫਿਰ ਉੱਥੋਂ ਸਮਾਨ ਚੱਕਿਆ, ਦੌੜਾਂ ਲਗਾਈਆਂ, ਦੌੜ ਲਗਾ ਕੇ ਭਾਈ ਨੂੰ ਜਿਹੜਾ ਨਾ ਬਿਠਾਇਆ, ਅਤੇ ਟ੍ਰੇਨ ਆਪਣੇ ਸਫ਼ਰ 'ਤੇ ਰਵਾਂ ਦਵਾਂ ਹੈ। ਬਹਰਹਾਲ ਥਕਾ ਦਿੱਤਾ ਕਿਉਂਕਿ ਸਮਾਨ ਬਹੁਤ ਜ਼ਿਆਦਾ ਸੀਗਾ। ਹੁਣ ਜੀ ਵਾਪਸੀ ਜਾ ਰਹੇ ਹਾਂ। ਦੋਸਤੋ ਭਾਈ, ਉਹ ਛੋਟੇ ਭਾਈ ਨੂੰ ਰਵਾਨਾ ਕਰਾ ਦਿੱਤਾ, ਉਹ ਹੁਣ ਬਿਠਾ ਦਿੱਤਾ ਉਹਨੂੰ, ਲੇਕਿਨ ਤੰਗ ਬੜਾ ਕੀਤਾ ਟ੍ਰੇਨ ਆ ਰਹੇ ਨੇ। ਅਸੀਂ ਗਏ ਸੀ ਖੜੇ ਸੀ ਪਿੱਛੇ, ਅਤੇ ਡੱਬਾ ਸੀਗਾ ਉਹਦਾ ਅੱਗੇ, ਭੱਜ ਭੱਜ ਜਿਹੜਾ ਸਾਹ ਚੜ੍ਹਾ ਦਿੱਤਾ।
बाकी दोस्तों वीडियो मेरी कैसी लगी, चंगी लगी तो दिखा के लाइक मारो तो वीडियो के शेयर कर दियो। मिलेंगे दोस्तों नेक्स्ट वीडियो से, अस्सलाम वालेकुम। अच्छा जी हम चले वापसी, है जी आप स्टेशन तो बाहर निकल चुके हैं। दोस्त ने क्या गाड़ी स्टार्ट कर, चलो दोस्त ने क्या मैं तू गाड़ी स्टार्ट कर मैं तेरी वीडियो बना लवा। ए जी गड्डी ने सलम मारन लग्या, अल्लाह हाफिज।